ਮੈਨੂੰ ਲੱਗਦਾ ਵੀ ਜਿੰਨੇ ਫੀਚਰ ਸੈਂਚੀ ਐਚਪੀ ਨੇ ਦਿੱਤੇ ਨੇ ਮਤਲਬ ਵੀ ਸ਼ਾਇਦ ਬਹੁਤ ਘੱਟ ਆਉਂਦੇ ਹੋਏ ਹਨਾ ਜੀ। ਹਾਂਜੀ ਜੀ ਦੇਖੋ ਸੁੱਕਾ ਫਿਸਟਰ ਲੱਗਿਆ ਹੋਇਆ। ਹਾਂਜੀ ਡਰਾਈ ਟੈਪ ਇਹ ਵੀ ਜੀ 2781 ਸੀਸੀ ਦੇ ਵਿੱਚ ਇੰਜਣ ਹੈ 2800 ਹਾਂਜੀ 2100 ਆਰਪੀਐਮ ਰੇਟਡ। ਇਹ ਵੀ ਜੀ ਦੇਖੋ ਸਾਈਡ ਸ਼ਿਫਟ ਆ ਗਿਆ, ਪਹਿਲਾਂ ਜਿਹੜਾ ਇਹਦੇ ਵਿੱਚ ਮਾਡਲ ਆਉਂਦਾ ਸੀ 3549 ਠੀਕ ਹੈ ਜੀ ਉਹ ਸੈਂਟਰ ਦੇ ਵਿੱਚ ਹੁੰਦਾ ਸੀ ਗੇਅਰ ਉਹਨੂੰ, ਇਹ ਹੁਣ ਕੰਪਨੀ ਨੇ ਮਤਲਬ ਸਾਈਡ ਸ਼ਿਫਟ ਕੀਤਾ ਟਰੈਕਟਰ ਇਹ, ਮਤਲਬ ਕਿ ਇਹਨਾਂ ਨੇ ਕੰਪਨੀ ਹੋਰ ਡਿਜ਼ਾਈਨ ਕੀਤਾ। ਹਾਂਜੀ ਹਾਂ ਪਹਿਲਾਂ ਸਿੰਪਲ ਜਿਹੇ ਆਉਂਦੇ ਸੀ, ਆਹ ਕਿਨਾਰੀ ਜਿਹੀ ਬਣਾਈ ਹੈ ਕੰਪਨੀ ਨੇ। 20 ਕੁਇੰਟਲ ਦੀ ਲਗਭਗ ਬਣ ਕੇ ਚੱਲੋ, ਹਾਂ ਕਹਿ ਸਕਦੇ ਹੋ ਲਗਭਗ ਵੀ 20 ਕੁਇੰਟਲ ਦੇ ਆਸ ਪਾਸ ਦੇ ਕਹਿ ਸਕਦੇ ਵੀ ਜਿਹੜੀ 65 ਐਚਪੀ ਦੇ ਟਰੈਕਟਰਾਂ ਦੀ ਲਗਭਗ ਲਿਫਟ ਆ ਰਹੀ ਹੈ। ਹਾਂ ਇਹਦੇ ਵਿੱਚ ਦਿੱਤੀ ਹੈ 20 ਕੁਇੰਟਲ ਕਾਫੀ ਹੋ ਜਾਂਦਾ ਹੈ। ਸਤਿ ਸ੍ਰੀ ਅਕਾਲ ਜੀ, ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਨੰਬਰ ਦੇ ਵਿੱਚ। ਪਿਆਰੇ ਵੀਰੋ ਅੱਜ ਆ ਪਹੁੰਚੇ ਹਾਂ ਰੱਖੜੇ ਪ੍ਰੇਜਰ ਟਰੈਕਟਰ ਏਜੰਸੀ ਦੇ ਵਿੱਚ। ਪ੍ਰੇਜਰ ਟਰੈਕਟਰ ਨਾਮ ਚੱਲ ਰਿਹਾ ਨਵਾਂ 3449, ਤੁਸੀਂ ਦੇਖ ਸਕਦੇ ਹੋ ਵੀ ਟਰੈਕਟਰ ਦਿਖਾ ਦੇ ਪਹਿਲਾਂ ਆਪਣੇ ਟਰੈਕਟਰ ਦਾ ਰਿਵਿਊ ਕਰਨਾ ਆਪਣੇ ਨਾਲ ਬਾਈ ਜੀ ਨੇ ਏਜੰਸੀ ਦੇ ਓਨਰ, ਇਹ ਆਪਾਂ ਨੂੰ ਟਰੈਕਟਰ ਦੇ ਸਾਰੀ ਜਾਣਕਾਰੀ ਦੇਣਗੇ ਵੀ ਇਹਦੇ 'ਚ ਕੀ ਫੀਚਰ ਆਏ ਨੇ, ਕਿੰਨੇ ਐਚ ਪੀ ਹੈ, ਕਿੰਨੇ ਸੀ ਸੀ ਇੰਜਣ ਆ, ਕੀ ਹਿਸਾਬ ਕਿਤਾਬ ਇਹਦਾ, ਸਾਰੀ ਜਾਣਕਾਰੀ ਆਪਾਂ ਬਾਈ ਜੀ ਤੋਂ ਲਵਾਂਗੇ। ਬਾਈ ਜੀ ਸਭ ਤੋਂ ਪਹਿਲਾਂ ਆਪਣਾ ਸਵਾਗਤ ਹੈ ਜੀ ਆਪਣੇ ਚੈਨਲ 'ਤੇ। ਹਾਂਜੀ ਜੀ ਬਾਈ ਸਭ ਤੋਂ ਪਹਿਲਾਂ ਜੀ ਆਪਣਾ ਸ਼ੁਭ ਨਾਮ ਅਤੇ ਆਪਣੀ ਏਜੰਸੀ ਦਾ ਜਿਹੜਾ ਮੇਨ ਲੋਕੇਸ਼ਨ ਆ ਉਹ ਦੱਸ ਦਿਓ ਜੀ। ਵੀਰ ਜੀ ਮੇਰਾ ਨਾਮ ਬੇਅੰਤ ਸਿੰਘ ਹੈ ਜੀ, ਠੀਕ ਹੈ ਜੀ, ਅਤੇ ਆਪਣੀ ਜਿਹੜੀ ਏਜੰਸੀ ਆ ਇਹ ਢਿੱਲੋਂ ਟਰੈਕਟਰਸ ਦੇ ਨਾਮ 'ਤੇ ਰਜਿਸਟਰਡ ਆ, ਠੀਕ ਹੈ ਜੀ, ਔਰ ਨਾਭਾ ਪਟਿਆਲਾ ਰੋਡ 'ਤੇ ਇਹ ਰੱਖੜੇ ਪੈਂਦੀ ਹੈ ਜੀ ਆਪਣੀ ਏਜੰਸੀ, ਠੀਕ ਹੈ ਜੀ ਰੱਖੜੇ ਏਜੰਸੀ ਪੈਂਦੀ ਹੈ ਜਿੱਥੇ ਰਿਪਰ ਵੀਰ ਰੱਖੜੇ ਵਾਲਾ ਦਾ। ਹਾਂਜੀ 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 ਬਾਕੀ ਸਾਰੇ ਫੀਚਰ ਵੀ ਜੀ ਪਾਵਰ ਸਟੀਅਰਿੰਗ ਆ ਗਿਆ, ਇਹ ਤੇਲ ਬ੍ਰੇਕਾਂ, ਤੇ ਸਭ ਤੋਂ ਪਹਿਲਾਂ ਆਪਾਂ ਇਹ ਦੱਸੋ ਵੀ ਇਹਦਾ ਇੰਜਣ ਕਿੰਨੇ ਆਪਣੇ ਕਿੰਨੇ ਸਿਲੰਡਰ ਇੰਜਣ ਆ ਜੀ? ਇਹ ਵੀਰ ਜੀ 3 ਸਿਲੰਡਰ ਇੰਜਣ ਆ, ਠੀਕ ਹੈ ਜੀ। ਹਾਂਜੀ ਤੇ ਪੰਪ ਕਿਹੜਾ ਲੱਗਿਆ ਹੋਇਆ ਇਹਨੂੰ? ਤੇ ਪੰਪ ਉਹੀ ਜੀ ਮਾਈਕੋ ਦਾ ਬੋਸਟ ਦਾ ਲੱਗਿਆ ਹੋਇਆ। ਹਾਂਜੀ ਹੋਇਆ ਤੇ ਵੀਰ ਜੀ ਆਪਾਂ ਬੜੇ ਇੰਜਣ ਦੇ ਦਰਸ਼ਨ ਕਰਵਾ ਦੀ ਚੱਕੇ ਇਥੋਂ। ਹਾਂਜੀ ਹਾਂ ਬਿਲਕੁਲ ਖੋਲੋ ਜੀ, ਲਓ ਮੈਂ ਖੋਲ ਤੇ ਲਓ ਵੀਰੋ ਤੁਸੀਂ ਇੰਜਣ ਚੈੱਕ ਕਰੋ। ਮੈਨੂੰ ਲੱਗਦਾ ਵੀ ਜਿੰਨੇ ਫੀਚਰ 37 HP ਦੇ ਦਿੱਤੇ ਨੇ ਮਤਲਬ ਵੀ ਸ਼ਾਇਦ ਬਹੁਤ ਘੱਟ ਆਉਂਦੇ ਹੋਣੇ ਹਨਾ ਜੀ। ਹਾਂਜੀ ਜੀ ਦੇਖੋ ਸੁੱਕਾ ਫਿਸਟਰ ਲੱਗਿਆ ਹੋਇਆ, ਹਾਂਜੀ ਡਰਾਈ ਟੈਪ ਫਿਸਟਰਾਂ ਤੇ ਆਪਣਾ ਕੂਲੈਂਟ ਲੱਗਿਆ ਹੋਇਆ, ਐਕਸੀਲੇਟਰ ਦਾ ਵਧੀਆ ਬੜਾ ਹੋਊਗਾ ਨਾ ਕਿੰਨੇ ਪਹਿਰਦਾ ਇਹ, ਤੇ ਸਟੀਅਰਿੰਗ ਪਾਵਰ ਸਟੀਅਰਿੰਗ ਦੇ ਵਿੱਚ ਆ ਨਾ ਜੀ, ਪਾਵਰ ਸਟੀਅਰਿੰਗ ਹੈ ਜੀ, ਡਬਲ ਐਕਟਿਵ ਜੈਕ ਲੱਗੇ ਹੋਣੇ, ਤੇ ਵੀਰ ਜਿਹੜਾ ਇੰਜਣ ਜਿਹੜਾ ਉਹ ਕਿੰਨੇ ਸੀਸੀ ਇੰਜਣ ਆ ਇਹਦਾ ਜੀ? ਇਹ ਵੀਰ ਜੀ 2700 ਸਮਥਿੰਗ ਹੈ, ਮੈਂ ਤੁਹਾਨੂੰ ਕਨਫਰਮ ਕਰਕੇ ਦੱਸਦਾ ਹਾਂ। ਹਾਂਜੀ ਤੁਸੀਂ ਮਾੜਾ ਜਿਹਾ ਗੇਅਰ ਵਾਲੀ ਹਲਫ ਲੱਗੀ ਹੋਈ ਹੈ, ਹਲਫਾਂ ਵੀ ਇਹਨੂੰ ਗੇਅਰ ਵਾਲੀ ਜਿਹੜੀਆਂ ਆਪਣੇ ਅੱਜ ਆਪਾਂ ਬਾਹਰ ਉਡਵਾਉਣੇ ਆ ਤਾਂ ਉਹ ਲਾ ਕੇ ਦੇ ਰਹੇ ਨੇ। ਹਾਂਜੀ ਤੇ ਜਿਹੜਾ ਟਰਾਂਸਮਿਸ਼ਨ ਜੀ ਉਹ ਵੀਰ ਜੀ ਦੇਖੋ ਸਾਈਡ ਸ਼ਿਫਟ ਆ ਗਿਆ, ਪਹਿਲਾਂ ਜਿਹੜਾ ਇਹਦੇ ਵਿੱਚ ਮਾਡਲ ਆਉਂਦਾ ਸੀ 3549 ਠੀਕ ਹੈ ਜੀ ਉਹ ਸੈਂਟਰ ਦੇ ਵਿੱਚ ਹੁੰਦਾ ਸੀ ਗੇਅਰ ਉਹਨੂੰ, ਇਹ ਹੁਣ ਕੰਪਨੀ ਨੇ ਮਤਲਬ ਸਾਈਡ ਸ਼ਿਫਟ ਕੀਤਾ ਟਰੈਕਟਰ ਇਹ, ਮਤਲਬ ਦਾ ਆਪਣਾ ਇਹਨਾਂ ਦੀ ਆਪਣੀ ਮੈਨੂਫੈਕਚਰਿੰਗ ਹੈ ਜੀ, ਠੀਕ ਹੈ ਜੀ ਆਪਣਾ ਬਿਲਕੁਲ ਜੀ ਬਿਲਕੁਲ ਸਾਈਡ ਜਿਹੜਾ ਤੁਸੀਂ ਦੇਖ ਸਕਦੇ ਹੋ ਦੋਵਾਂ ਪਾਸੇ ਆਪਣਾ ਪਰਾਂ
ਸਾਈਡ ਵਾਲਾ ਲੀਵਰ ਲੱਗਿਆ ਹੋਇਆ ਤੇ ਇੱਧਰ ਸਪੀਡਾਂ ਵਾਲਾ, ਚਾਰ ਸਪੀਡਾਂ ਨੇ ਤੇ ਇਹਦਾ ਮਾੜਾ ਮੋਟਾ ਵੀ ਕਿੰਨੀ ਇੰਨਾ ਮੋਟਾ ਟੋਰਕ ਇਹਦੀ, ਕਿੰਨਾ ਬੁਰ ਸਟ੍ਰੋਕ ਆ, ਇਹ ਕੋਈ ਮਾੜੀ ਮੋਟੀ ਜਾਣਕਾਰੀ? ਹਾਂਜੀ ਵੀਰ ਜੀ, ਇਹਨੂੰ 100 mm ਦਾ ਪਿਸਟਨ ਇਹਦੇ ਵਿੱਚ ਆਉਂਦਾ ਆ, ਠੀਕ ਆ ਜੀ, ਔਰ 118 ਇਹਦਾ ਮਤਲਬ ਕਿ ਬੁਰ ਸਟ੍ਰੋਕ ਆ, ਬੁਰ ਸਟ੍ਰੋਕ ਆ ਜੀ, 118 ਬੁਰ ਸਟ੍ਰੋਕ ਆ, ਹਾਂਜੀ ਹਾਂਜੀ, ਠੀਕ ਆ ਠੀਕ ਆ ਜੀ। ਇਹਦਾ ਟੋਰਕ ਕਿੰਨਾ ਜੀ? ਉਹਦੇ ਬਾਰੇ ਮੈਨੂੰ ਨੌਲੇਜ ਹੈ ਨਹੀਂ। ਠੀਕ ਆ ਠੀਕ ਆ ਜੀ, ਮਾਣ ਚਲੋ ਕੋਈ ਗੱਲ ਨੀ। ਹਾਂਜੀ, ਬਾਕੀ ਦੇਖੋ ਪਾਵਰ ਸਟੇਅਰਿੰਗ ਆ ਆਪਣਾ, ਇਕੱਲੀ ਇਕੱਲੀ ਚੀਜ਼ ਵੀ ਕੁਆਲਿਟੀ ਦੇ ਵਿੱਚ ਦਿੱਤੀ ਹੋਈ ਆ ਨਾ ਜੀ, ਯਾਨੀ ਇਹ ਨੀ ਹੈਗਾ ਵੀ ਇਧਰੋਂ ਕੁਆਲਿਟੀ ਦਾ। ਕਈ ਸਾਰੇ ਬਦਲਾਅ ਕੀਤੇ ਨੇ ਜੀ ਕੰਪਨੀ, ਹੁਣ ਜਿਵੇਂ ਇਹ ਜਿਹੜੇ ਮਡ ਗਾਰਡ ਨੇ ਇਹ ਵੀ ਹੁਣ ਮਤਲਬ ਕਿ ਇਹਨਾਂ ਨੇ ਕੰਪਨੀ ਹੋਰ ਡਿਜ਼ਾਈਨ ਕੀਤਾ, ਪਹਿਲਾਂ ਸਿੰਪਲ ਜਿਹੇ ਆਉਂਦੇ ਸੀ, ਕਿਨਾਰੀ ਜਿਹੀ ਬਣਾਈ ਆ ਕੰਪਨੀ ਨੇ। ਹਾਂਜੀ ਹਾਂਜੀ ਹਾਂਜੀ, ਤੇ ਬਾਕੀ ਵਧੀਆ ਉੱਪਰੋਂ ਵੀ ਦਿਖਾ ਦਿਓ ਮਾੜਾ ਜਿਹਾ, ਇਸ ਤੋਂ ਬਾਅਦ ਪਲਾਸਟਰ ਦਿਖਾ ਦਿਓ, ਚਾਹੇ ਉੱਪਰ ਚਲੇ ਜਾ, ਆਪਾਂ ਥੱਲੇ ਕਰ ਦਿੰਦੇ ਹਾਂ, ਸੋ ਸਮਾਰ ਕੇ ਦਿਖ ਜੂਗੀ। ਹਾਂਜੀ ਹਾਂਜੀ, ਕਰ ਦਿਓ ਜੀ। ਅੱਛਾ ਉੱਪਰੋਂ ਦਿਖਾ ਦਿਓ ਸਾਰਾ ਟਰੈਕਟਰ, ਵੀ ਉੱਪਰੋਂ ਲੁੱਕ ਨਹੀਂ ਆਉਂਦੀ ਟਰੈਕਟਰ ਨੂੰ, ਉੱਪਰ ਬੈਠ ਕੇ ਵੀ ਟਰੈਕਟਰ ਸੋਹਣਾ ਲੱਗਦਾ, ਵੀ ਇਹ ਨਹੀਂ ਕੋਈ ਇਹੀ ਗੱਲ ਹੈਗੀ ਵੀ ਨਾ, ਖੁੱਲੀ ਡੁੱਲੀ ਸਪੇਸ ਆ ਵੀਰ ਜੀ ਬੈਠਣ ਨੂੰ, ਉੱਤੇ ਚੀਜ਼ ਜਚਦੀ ਆ ਜਾਣੀ ਅੱਖਾਂ। ਹਾਂਜੀ, ਤੇ ਟਾਇਰ ਕਿਹੜੇ ਆ ਰਹੇ ਨੇ ਜਿਹਦੇ ਵਿੱਚ, ਕਿੰਨੇ ਦੇ ਟਾਇਰ ਨੇ ਵੀਰ ਜੀ? ਇਹ 13-6-28 ਦੇ ਟਾਇਰ ਨੇ ਜੀ ਪਿਛਲੇ, 13-6-28 ਦੇ ਵੀਰ ਦਿਖਾ ਦੇ। ਹਾਂਜੀ, ਅਰ ਐਮ ਆਰ ਐਫ ਦੇ ਟਾਇਰ ਨੇ ਚਾਰੇ, ਹੈ ਨਾ? ਹਾਂਜੀ ਹਾਂਜੀ, ਐਮ ਆਰ ਐਫ ਸ਼ਕਤੀ ਲਾਈਫ ਪਲੱਸ ਜੀ। ਠੀਕ ਆ ਠੀਕ ਆ ਜੀ, ਇਹਦੀ ਲਿਫਟ ਲੁਫਟ ਬਾਰੇ ਹੈ ਜੀ ਜਾਣਕਾਰੀ ਵੀ ਕਿੰਨੇ ਕੁ ਕਿਲੋ ਬੈਂਟ ਰੱਖ ਲੈਂਦਾ ਪੜਾ ਜਾ? ਹਾਂ, ਮੈਂ ਤੁਹਾਨੂੰ ਹੁਣੀ ਵੀਰ ਜੀ ਦੱਸ ਦੇਣਾ ਇਹਦਾ, ਬਾਈ ਗੱਡੀ ਪਿੱਛੋਂ ਦਿਖਾ ਦਿਆ ਜਾ ਕੇ, ਜਿਵੇਂ ਕੋਈ ਟਰਾਲੀ ਦਾ ਕੰਮ ਕਰਨਾ ਬੰਦੇ ਨੇ, ਆ ਦੇਖ ਸਕਦੇ ਹੋ ਹਾਈਡ੍ਰੋਲਿਕ ਪੈਪ ਕੰਪਨੀ ਖੁਦ ਲਾ ਕੇ ਦੇ ਰਹੀ ਹੈ, ਤੇ ਦੂਜਾ ਹੁੱਕਾ ਹੱਕਾ ਦੇਖੋ ਵੀ ਕਿੰਨੀ ਮਤਲਬ ਵੀ ਐਨ ਬੜੀਆਂ ਮੋਟੀਆਂ ਹੁੱਕਾਂ ਲਵਾਉਣੇ ਆ, ਸਭ ਕੁਛ ਕੰਪਨੀ ਵੱਲੋਂ ਲੱਗਿਆ ਆ ਰਿਹਾ ਟਰੈਕਟਰ ਨੂੰ। ਕਿ ਤੁਸੀਂ ਇਹ ਲਿਫਟ ਦੀ ਕਪੈਸਿਟੀ ਦੀ ਗੱਲ ਜਿਹੜੀ ਕਰਦੇ ਸੀ ਵੀਰ ਜੀ, ਇਹ 1937 kg ਦੀ ਆ, ਵੀ 20 ਕੁਇੰਟਲ ਦੀ ਲਗਭਗ ਬਣ ਕੇ ਚੱਲੋ। ਹਾਂ, ਕਹਿ ਸਕਦੇ ਹੋ ਲਗਭਗ ਵੀ 20 ਕੁਇੰਟਲ ਦੇ ਆਸ ਪਾਸ ਦੇਖ ਸਕਦੇ ਵੀ, ਜਿਹੜੀ 65 hp ਦੇ ਟਰੈਕਟਰਾਂ ਦੀ ਲਗਭਗ ਲਿਫਟ ਆ ਰਹੀ ਹੈ, ਇਹਦੇ ਵਿੱਚ ਦਿੱਤੀ ਹੈ 20 ਕੁਇੰਟਲ ਕਾਫੀ ਹੋ ਜਾਂਦਾ ਹੈ। ਹਾਂਜੀ, ਜੇ ਆਪਾਂ 100% ਦੇ ਵਿੱਚ ਚੁਕਾਉਣਾ ਹੋਵੇ, ਹਾਂਜੀ, ਤਾਂ 8-8 ਫੁੱਟ ਬੜੇ ਆਰਾਮ ਨਾਲ ਚੁਕਾ ਸਕਦੇ ਹਾਂ। ਹਾਂਜੀ, ਬਾਕੀ ਚਲੋ ਉਹ ਗੱਲ ਹੈ ਜੀ, ਇਹ ਵੀ ਉਹ ਕੈਟੇਗਰੀ ਦਾ ਟਰੈਕਟਰ ਨਹੀਂ ਹੈਗਾ। ਹਾਂ ਵੀਰ ਜੀ, HP ਛੋਟੀ ਆ ਗਈ ਨਾ, HP ਛੋਟੀ ਆ ਗਈ, ਤੇ ਹੋਰ ਕੋਈ ਅਨਵਾਸ ਕੋਈ ਫੀਚਰ ਦਿੱਤਾ ਜੀ ਕੰਪਨੀ ਨੇ, ਕੋਈ ਜਾਣਕਾਰੀ ਹੋਵੇ ਆਪਾਂ ਨੂੰ? ਬਸ ਵੀਰ ਜੀ ਇਹੀ ਆ, ਦੇਖੋ ਪਹਿਲਾਂ ਇਹ ਸੈਂਟਰ ਗੇਅਰ ਦੇ ਵਿੱਚ ਆ ਰਿਹਾ ਸੀ, ਕਾਫੀ ਸਾਰੀ ਡਿਮਾਂਡ, ਮਤਲਬ ਅੱਜ ਕੱਲ੍ਹ ਤੁਹਾਨੂੰ ਪਤਾ ਹੀ ਆ ਹੈ ਨਾ, ਹਰ ਇੱਕ ਕੋਈ ਸਾਈਡ ਗੇਅਰ ਨੂੰ ਜ਼ਿਆਦਾ ਪਸੰਦ ਕਰਦਾ ਹੈ, ਕੰਪਨੀ ਨੇ ਸਾਈਡ ਗੇਅਰ ਬਣਾਇਆ ਜੀ ਟਰੈਕਟਰ, ਔਰ ਪਾਵਰ ਸਟੀਅਰਿੰਗ ਚਲੋ ਪਹਿਲਾਂ ਵੀ ਆ ਰਿਹਾ ਸੀ, ਹੁਣ ਵੀ ਹੈਗਾ ਹੀ ਆ, ਤੇ ਇੱਕ ਆ ਫੈਂਡਰ ਨੇ ਜਿਹੜੇ ਇਹ ਇਹਨਾਂ ਨੇ ਨਵੇਂ ਡਿਜ਼ਾਈਨ ਦੇ ਤਿਆਰ ਕੀਤੇ ਨੇ ਜੀ। ਸਹੀ ਗੱਲ ਹੈ ਜੀ। ਹਾਂਜੀ, ਬਾਕੀ ਉਹ ਜਿਵੇਂ ਮੀਟਰ ਕਲਸਟਰ ਵਾਲਾ ਆ ਸਿਸਟਮ, ਉਹ ਵੀ ਹੁਣ ਉਹਨੂੰ ਨਵੀਂ ਲੁੱਕ ਦਿੱਤੀ ਹੈ ਜੀ। ਤੇ ਤੇਲ ਦਾ ਖਰਚਾ ਖੁਰਚਾ ਕਿੰਨਾ ਕਹਦੇ ਕੁਛ ਪਤਾ ਜੀ? ਹਾਂ, HP ਦੇ ਮੁਤਾਬਕ ਬਸ ਠੀਕ ਹੀ ਹੈ ਜੀ, ਜਿਵੇਂ ਮਤਲਬ ਕਿ ਆਮ ਛੋਟਾ ਟਰੈਕਟਰ ਦਾ ਹੁੰਦਾ ਆ। ਜਿਹੜੇ ਇਹ ਵੀ ਜੇ ਕੋਈ ਬੰਦਾ ਕੋਲ ਬੜਾ ਟਰੈਕਟਰ ਰੱਖਿਆ ਬਾਈ, ਮਤਲਬ 60-65 hp ਦਾ, ਹਾਂਜੀ, ਤਾਂ ਉਹਦੇ ਨਾਲ ਛੋਟੇ ਕੰਮਾਂ ਵਾਸਤੇ ਟਰੈਕਟਰ ਆਪਣਾ, ਹਾਂ, ਬਹੁਤ ਵਧੀਆ ਕੰਮਾਂ ਵਾਸਤੇ, ਬਿਲਕੁਲ ਜੀ, ਬਿਲਕੁਲ ਬੈਨੀਫਿਟ ਦਊਗਾ। ਹਾਂ, ਨਾਲੇ ਤੁਹਾਨੂੰ ਪਤਾ ਵੀ ਤੇਲ ਦਾ ਖਰਚਾ ਵੀ, ਇਹਦਾ ਤੇਲ ਦਾ ਖਰਚਾ ਘੱਟ ਆ, ਬਾਕੀ ਇਹ ਜਿਹੜਾ ਟਰੈਕਟਰ ਆ ਜੀ ਤਕਰੀਬਨ ਜਿਵੇਂ ਭੱਠੇ ਦੇ ਜਿਹੜੇ ਉਹ ਕੱਚੀਆਂ ਟਰਾਲੀ ਭਰਾਈ ਹੋਣੀ, ਟਰਾਲੀ ਵਗੈਰਾ ਦੇ ਕੰਮ ਲਈ ਬਹੁਤ ਬਿਹਤਰ ਟਰੈਕਟਰ ਹੈ ਜੀ। ਹਾਂ ਜੀ, ਸਹੀ ਗੱਲ ਹੈ ਜੀ। ਜੇ ਲਾ ਲਓ ਜਿਵੇਂ ਜਿਹੜੇ ਮਿੱਟੀ ਦਾ ਕੰਮ ਕਰਦੇ ਨੇ ਆਪਣੇ,
ਮਿੱਟੀ ਢੋਣ ਵਾਸਤੇ ਸਹੀ ਗੱਲ ਹੈ ਜੀ। ਹਾਂ ਉਹਨਾਂ ਵਾਸਤੇ ਟਰੈਕਟਰ ਬਹੁਤ ਠੀਕ ਹੈ ਜੀ, ਜਿਵੇਂ ਤੂੜੀ ਵਗੈਰਾ ਦਾ ਕੰਮ ਟਰਾਲੀ ਦੇ ਟਰਾਲੀ ਦੇ ਕੰਮ ਲਈ, ਟਰਾਲੀ ਦੇ ਕੰਮ ਲਈ ਹਾਂ ਜ਼ਿਆਦਾ ਬਿਲਕੁਲ ਲਾਹੇਵੰਦ ਹੈ ਜੀ, ਤੇ ਉੱਤੋਂ ਪ੍ਰਾਈਜ਼ ਬੜਾ ਰੀਜਨੇਬਲ ਰੱਖਿਆ ਹੈ ਕੰਪਨੀ ਨੇ। ਹਾਂਜੀ ਕਿੰਨੇ ਪ੍ਰਾਈਜ਼ ਦਾ ਟਰੈਕਟਰ ਐਵੇਂ ਦੱਸ ਸਕਦੇ ਆਪਾਂ ਵੀਡੀਓ ਵਿੱਚ? ਹਾਂਜੀ ਹਾਂਜੀ ਹਾਂ ਬਿਲਕੁਲ ਦੱਸਾਂਗੇ ਜੀ, ਇਹ 470,000 ਰੁਪਏ ਦਾ ਟਰੈਕਟਰ ਆਪਾਂ ਦੇਵਾਂਗੇ ਜੀ। ਠੀਕ ਹੈ ਜੀ, ਹਾਂਜੀ ਤਕਰੀਬਨ 64 ਲੀਟਰ ਦੀ ਵੀਰ ਜੀ ਇਹਦੀ ਕਪੈਸਿਟੀ ਹੈ, ਮਤਲਬ ਬੜੇ ਟਰੈਕਟਰ ਜਿੰਨਾ। ਹਾਂ ਹਾਂਜੀ ਹਾਂਜੀ ਪੈ ਜਾਂਦਾ ਜੀ। ਚਾਹੀਦਾ ਹੋਵੇ ਤਾਂ ਮਿਲ ਜੂਗਾ ਟਰੈਕਟਰ ਜਦੋਂ ਮਰਜ਼ੀ ਬੰਦਾ? ਹਾਂਜੀ ਹਾਂ ਹਾਂ ਵੀਰ ਜੀ, ਜਦੋਂ ਮਰਜ਼ੀ ਆ ਜਾਵੇ ਆਪਣੇ ਕੋਲ, ਦੇਖੋ ਕਿੰਨਾ ਸਾਰਾ ਸਟਾਕ ਖੜਾ ਆ। ਹਾਂਜੀ ਹਾਂਜੀ ਸਹੀ ਗੱਲ ਹੈ ਜੀ, ਬਿਲਕੁਲ ਜਦੋਂ ਮਰਜ਼ੀ ਆ ਕੇ ਤੁਸੀਂ ਲੈ ਲਓ ਜੀ। ਬਾਕੀ ਆਪਣੀ ਇੱਕ ਵਾਰ ਫਿਰ ਤੋਂ ਲੋਕੇਸ਼ਨ ਤੇ ਆਪਣੇ ਕੰਟੈਕਟ ਨੰਬਰ ਬੋਲ ਦਿਓ ਜੀ। ਹਾਂਜੀ ਆਪਣਾ ਵੀਰ ਜੀ ਇਹ ਰੱਖੜੇ ਪਿੰਡ ਦੇ ਵਿੱਚ ਏਜੰਸੀ, ਨਾਭਾ ਪਟਿਆਲਾ ਰੋਡ ਦੇ ਉੱਪਰ, ਤੇ ਏਜੰਸੀ ਦਾ ਨਾਮ ਹੈਗਾ ਜੀ ਢਿੱਲੋਂ ਟਰੈਕਟਰ। ਠੀਕ ਹੈ ਜੀ, ਹਾਂਜੀ ਕੰਟੈਕਟ ਨੰਬਰ ਉਹੀ ਆਪਣਾ ਨੰਬਰ ਆਪਣੇ। ਹਾਂ ਇੱਕ ਵਾਰ ਫਿਰ ਚਲੋ ਇਹਦੇ ਵਿੱਚ ਵੀ ਆਪਣੇ। ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ, 96-633-79-295 ਜੀ। ਠੀਕ ਹੈ, ਇਹ ਕੰਟੈਕਟ ਨੰਬਰ। ਹਾਂਜੀ ਵੀਰੋ ਅਸੀਂ ਆਪਣੀ ਵੀਡੀਓ ਜਿਹੜੀ ਆਪਾਂ ਪ੍ਰੀਵਿਊਸ ਨੂੰ ਪੇਜ ਦਾ 34 ਨੰਬਰ ਦਿੱਤਾ, ਬਾਕੀ ਬਾਈ ਦੇ ਕੰਟੈਕਟ ਨੰਬਰ ਆਪਣੇ ਬੋਲਦੇ ਨੇ। ਬਾਕੀ ਤੁਹਾਨੂੰ ਆਪਣਾ ਰਿਵਿਊ ਚੰਗਾ ਲੱਗਿਆ ਹੋਵੇ, ਜਾਣਕਾਰੀ ਵਧੀਆ ਲੱਗੀ ਹੋਵੇ ਤਾਂ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਫੇਸਬੁੱਕ ਪੇਜ ਨੂੰ ਫੋਲੋ ਕਰ ਲਿਓ, ਅਤੇ ਆਪਾਂ ਨੂੰ ਇੰਸਟਾ 'ਤੇ ਫੋਲੋ ਜ਼ਰੂਰ ਕਰ ਲਿਓ, ਉੱਥੇ ਆਪਾਂ ਕਾਫੀ ਕੈਂਟ ਡੀਟੇਲਸ ਲੈ ਕੇ ਆਉਂਦੇ ਰਹਿੰਦੇ ਹਾਂ। ਬਾਕੀ ਜੇ ਵੀਡੀਓ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ। ਧੰਨਵਾਦ ਜੀ।